ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਜੀ ਅਸਲਾਮੁ ਅਲੈਕੁਮ ਜੀ ਮੈਂ ਅਜ਼ਰਾ ਇਮਰਾਨ ਤੇ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਉਮੀਦ ਹੈ ਕਿ ਜੀ ਤੁਸੀਂ ਸਾਰੇ ਠੀਕ ਹੋਵੋਗੇ ਅੱਲਾਹ ਪਾਕ ਤੁਹਾਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ ਤੇ ਖੁਸ਼ ਰਹੋ ਤੇ ਆਬਾਦ ਰਹੋ ਅੱਛਾ ਜੀ ਅੱਜ ਫੇਰ ਸਾਡੇ ਕੋਲ ਇੱਕ ਵਾਰੀ ਫੇਰ ਜਿਹੜੇ ਨੇ ਯਾਸਰ ਭਾਈ ਮੌਜੂਦ ਨੇ ਆਏ ਨੇ ਸਾਡੇ ਕੋਲ ਤੇ ਇਹਨਾਂ ਦਾ ਮੈਂ ਤੁਹਾਨੂੰ ਪਹਿਲੇ ਵੀ ਇੱਕ ਇੰਟਰਵਿਊ ਦਿਖਾਇਆ ਸੀ YouTube ਚੈਨਲ ਤੇ ਅਪਲੋਡ ਕੀਤਾ ਸੀ ਅਸੀਂ ਤੇ ਤੁਹਾਨੂੰ ਇਹ ਵੀ ਗੱਲ ਉਹਦੇ ਅੰਦਰ ਕਹੀ ਸੀ ਕਿ ਯਾਸਰ ਭਾਈ ਨੂੰ ਇਹ ਗੱਲ ਕਿਹਾ ਕਿ ਕੱਲੀ ਸੀ ਅਸੀਂ ਕਿ ਯਾਸਰ ਭਾਈ ਦਾਦਾ ਜੀ ਉਹਨਾਂ ਤੋਂ ਬਿਨਾਂ ਤੁਹਾਡਾ ਇੰਟਰਵਿਊ ਜਿਹੜਾ ਹੈ ਨਾ ਨਾ ਮੁਕਮਲ ਹੈ ਕਿਉਂਕਿ ਇਹਨਾਂ ਦੀਆਂ ਵੀਡੀਓ ਸ਼ੁਰੂ ਤੋਂ ਜਿੰਨੀਆਂ ਅਸੀਂ ਦੇਖਦੇ ਆ ਰਹੇ ਇਹਨਾਂ ਦੀ ਆਪਣੇ ਦਾਦਾ ਜੀ ਹੋਰਾਂ ਦੇ ਨਾਲ ਬਹੁਤ ਜ਼ਿਆਦਾ TikTok ਤੇ ਵੀਡੀਓਸ ਹਨ ਉਹਨਾਂ ਦੇ ਨਾਲ ਮਾਸ਼ਾਅੱਲਾ ਕਾਫੀ ਹਫੀਮ ਦੇ ਵਿੱਚ ਗਏ ਨੇ ਤੇ ਅੱਜ ਜਿਹੜੇ ਨੇ ਨਾ ਉਹ ਵਾਕਈ ਹੀ ਆਪਣੇ ਦਾਦਾ ਜੀ ਹਰਾਂ ਨੂੰ ਸਾਡੇ ਕੋਲ ਲੈ ਕੇ ਆਏ ਨੇ ਤੇ ਅੱਜ ਇਨਸ਼ਾਅੱਲਾ ਉਹਨਾਂ ਦੇ ਬਾਰੇ ਵੀ ਜਾਣਾਂਗੇ ਕਿ ਉਹ ਕਿਵੇਂ ਟਿਕਟੌਕ ਤੇ ਆਏ ਕਿਵੇਂ ਰਾਜ਼ੀ ਹੋਏ ਭਾਈ ਦੇ ਨਾਲ ਟਿਕਟੌਕ ਬਣਾਉਣ ਤੇ ਜਾਂ ਕੀ ਉਹਨਾਂ ਦਾ ਸ਼ੌਕ ਸੀ ਜਾਂ ਯਾਸਰ ਭਾਈ ਦਾ ਸ਼ੌਕ ਸੀ ਉਹਨਾਂ ਨੂੰ ਲੈ ਕੇ ਆਉਂਦਾ ਸਭ ਤੋਂ ਪਹਿਲੇ ਅਸੀਂ ਯਾਸਰ ਭਾਈ ਦੇ ਨਾਲ ਗੱਲ ਕਰਦੇ ਹਾਂ ਅਸਲਾਮੁਅਲੈਕੁਮ ਯਾਸਰ ਭਾਈ ਵਾਲੇਕੁਮ ਸਲਾਮ ਜੀ ਹਾਂਜੀ ਯਾਸਰ ਭਾਈ ਸੁਣਾਓ ਠੀਕ ਹੋ ਤੁਸੀਂ ਜੀ ਮਾਸ਼ਾਅੱਲਾ ਠੀਕ ਠਾਕ ਦੁਆਵਾਂ ਤੁਹਾਡੀਆਂ अच्छा यासिर भाई ਤੁਸੀਂ ਮਾਸ਼ਾਅੱਲਾਹ ਦੇ ਨਾਲ ਵਾਕਿ ਆਪਣੀ ਗੱਲ ਤੇ ਪੂਰਾ ਉਤਰੇ ਹੋ ਕਿ ਤੁਹਾਨੂੰ ਅਸੀਂ ਕਹਿ ਕੇ ਕੱਲਿਆ ਸੀ ਕਿ ਤੁਸੀਂ ਦਾਦਾ ਜੀ ਉਹਨਾਂ ਨੂੰ ਅਗਰ ਨੈਕਸਟ ਟਾਈਮ ਸਾਡੇ ਕੋਲ ਨਾ ਲੈ ਕੇ ਉਹਨਾਂ ਦੇ ਬਿਨਾਂ ਤੇ ਤੁਹਾਡਾ ਇੰਟਰਵਿਊ ਜਿਹੜਾ ਇਹਨਾ ਨਾ ਮੁਕੰਮਲ ਹੈ ਕਿਉਂਕਿ ਤੁਹਾਡੀਆਂ ਸਾਰੀਆਂ ਵੀਡੀਓ ਜਿਹੜੀਆਂ ਇਹਨਾ ਆਪਣੇ ਦਾਦਾ ਜੀ ਨਾਲ ਬੰਨਦੀਆਂ ਨੇ ਮਾਸ਼ਾਅੱਲਾਹ ਤੁਹਾਡਾ ਇੱਕ ਪਿਆਰ ਨਜ਼ਰ ਆਉਂਦਾ ਹੈ ਟਿਕਟੌਕ ਦੇ ਉੱਤੇ ਤੇ ਅੱਜ ਕਿਵੇਂ ਰਜ਼ਾਮੰਦ ਹੋ ਗਏ ਤੁਹਾਡੇ ਨਾਲ ਦਾਦਾ ਜੀ ਜੀਆਂਾਂ ਤੇ بس ਜੀ ਵੇਖੋ 마ਸ਼ਾਲਲਾ ਤੁਹਾਡਾ ਵੀ ਕੰਟੈਂਟ ਬਹੁਤ ਅੱਛਾ ਦਾਦਾ ਜੀ ਵੀਡੀਓ ਦੇਖਦੇ ਸਨ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੀ ਕਿ ਇਹ ਵੀ ਸਾਡੇ ਤਰ੍ਹਾਂ ਮਤਲਬ ਕਿ ਦੇਸੀ ਕਲਚਰ ਨੂੰ ਅੱਗੇ ਲੈ ਆ ਰਹੇ ਨੇ ਤੇ ਹਾਲਾਂਕਿ ਫਸਟ ਤੁਸੀਂ ਹੋਈਏ ਜਿਨ੍ਹਾਂ ਕੋਈ ਦਾਦਾ ਜੀ ਹਰੀ ਆਏ ਨੇ ਤੇ 마ਸ਼ਾਲਲਾ ਅੱਛਾ ਵੀ ਲੱਗਾ ਆ ਕੇ ਤੇ ਅਸੀਂ ਆਪਣੀ ਗੱਲ ਵੀ ਪੂਰੀ ਰੱਖੀ ਇਨਸ਼ਾਅੱਲਾ ਤਾਲਾ अच्छा मुश्किल ना 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 कोई मुश्किल ਨਹੀਂ مطلب ਉਹਨਾਂ ਨੂੰ ਮਨਾਉਣ ਚ ਹੈ ਕਹਾਂ ਚ ਕੋਈ ਨਾ ਨਹੀਂ ਗੱਲ ਨਹੀਂ ਉਹ ਮੈਂ ਉਹਨਾਂ ਨੂੰ ਦੱਸਿਆ ਸੀ ਆਪਣਾ ਇੰਟਰਵਿਊ ਪਹਿਲਾਂ ਦਿਖਾਇਆ ਫਿਰ ਤੁਹਾਡੀਆਂ ਵੀਡੀਓਜ਼ ਦਿਖਾਈਆਂ ਸੋ ਉਹਨਾਂ ਨੇ ਕਿਹਾ ਨਹੀਂ ਮਾਸ਼ੱਲਾ ਅੱਛੇ ਬੰਦੇ ਨੇ ਦੇਸੀ ਕਲਚਰ ਤੇ ਬੜੇ ਖੁਸ਼ੀ ਦੇ ਨਾਲ ਆਏ ਨੇ ਸਹੀ ਮਾਸ਼ਾਅੱਲਾ ਜੀ ਅੱਛਾ ਨਾਜ਼ਰੀਨ ਆ ਯਾਸਰ ਭਾਈ ਨਾਲ ਤੇ ਅਸੀਂ ਪਹਿਲੇ ਵੀ ਤੁਹਾਨੂੰ ਪਤਾ ਕਾਫੀ ਜ਼ਿਆਦਾ ਯਾਸਰ ਭਾਈ ਮਾਈਨਿੰਗ ਨਾਲ ਤੁਹਾਡੇ ਨਾਲ ਸਾਡੀਆਂ ਪਹਿਲੇ ਵੀ ਬੜੀਆਂ ਗੱਲਾਂ ਹੋ ਚੁੱਕੀਆਂ ਨੇ ਇਹਨਾਂ ਦੇ ਕੋਲ ਪਹਿਲੇ ਅਸੀਂ ਇੰਟਰਵਿਊ ਲੈ ਚੁੱਕੇ ਸਾਂ ਇਹਨਾਂ ਦੇ ਬਾਰੇ ਤੇ ਕਾਫੀ ਕੁਝ ਜਾਣ ਲਿਆ ਸੀ ਲੇਕਿਨ ਉਹਨਾਂ ਅਸੀਂ ਗੱਲ ਕਰਾਂਗੇ ਦਾਦਾ ਜੀ ਉਹਨਾਂ ਦੇ ਨਾਲ ਮਜ਼ੀਦ ਉਹਨਾਂ ਦੇ ਕੋਲ ਜਾਨਾਂਗੇ ਇਸ ਹਵਾਲੇ ਦੇ ਨਾਲ ਅਸਲਾਮੁਅਲੈਕਮ ਦਾਦਾ ਜੀ ਵਸ ਰਹਾ ਹਾਂ ਜੀ ਦਾਦਾ ਜੀ ਸੁਣਾਓ ਕੀ ਹਾਲ ਜੇ ਤੁਹਾਡਾ ਠੀਕ ਹੋ ਸ਼ੁਕਰ ਦੁਆਵਾਂ ਅੱਛਾ ਦਾਦਾ ਜੀ ਤੁਸੀਂ ਦੱਸੋਗੇ ਕਿ ਤੁਸੀਂ ਇੱਥੇ ਆਨ ਦੇ ਕਿਵੇਂ ਰਜ਼ਾਮੰਦ ਹੋ ਗਏ ਯਾਸਰ ਭਾਈ ਦੇ ਨਾਲ ਮੈਂ ਜਦ ਆਖਿਆ ਨੇ ਤੇ ਮੈਨੂੰ ਅੱਗੇ ਵੀ ਵੇਖਿਆ ਸੀ ਮੈਂ ਬੜਾ ਖੁਸ਼ ਹੋਇਆ ਸੀ ਚਲੋ ਅੱਛਾ ਅੱਛਾ ਨਾਜ਼ਰੀਨ ਇਹ ਦਾਦਾ ਜੀ ਨੇ ਮਾਸ਼ਾਅੱਲਾ ਬੜੀਆਂ ਸੋਹਣੀਆਂ ਵੀਡੀਓ ਇਹਨਾਂ ਦੇ ਨਾਲ ਯਾਸਰ ਭਾਈ ਦੇ ਨਾਲ ਬਣਾਉਂਦੇ ਨੇ ਇੱਕ ਇਹਨਾਂ ਨੇ ਇਹ ਆਪਣਾ ਉਹਦੇ ਤੇ ਇੱਕ ਯਰਾਨਾ ਯਰਾਨਾ ਟਾਈਪ ਰਿਸ਼ਤਾ ਵੀ ਜ਼ਾਹਰ ਕੀਤਾ ਹੈ ਦਾਦੇ ਪੋਤੇ ਦਾ ਰਿਸ਼ਤਾ ਵੀ ਜ਼ਾਹਰ ਕੀਤਾ ਹੈ ਦਾਦੇ ਪੋਤਰੇ ਨਾਲੋ ਦੋਸਤੀ ਇਹਨਾਂ ਦੀ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੁੰਦੀ ਹੈ ਕਿ ਉਹਦੇ ਨਾਲ ਇਹਨਾਂ ਦਾ ਮਾਸ਼ਾਅੱਲਾ ਦੋਸਤਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਜ਼ਿਆਦਾ ਆਪਸ ਚ ਇਹਨਾਂ ਦਾ ਲਗਾਓ ਹੈ ਅੱਛਾ ਦਾਦਾ ਜੀ ਤੁਸੀਂ ਦੱਸੋ ਕਿ ਤੁਸੀਂ ਯਾਸਰ ਭਾਈ ਦੇ ਨਾਲ ਟਿਕਟੋਕ ਨਾ ਬਣਾਉਣ ਲੱਗੇ ਹੋ ਤੇ ਕਿਵੇਂ ਰਾਜ਼ੀ ਹੋ ਗਏ ਤੁਹਾਨੂੰ ਡਰ ਨਹੀਂ ਹੋਇਆ ਮਤਲਬ ਲੋਕ ਮੈਨੂੰ ਕਹਿਣਗੇ ਕਿ ਬਾਬੇ ਉਹਨਾਂ ਦੀ ਕੀ ਏ ਜੇ ਤੇ ਐ ਜਿਹੜਾ ਇਹਨਾਂ ਕੰਮਾਂ ਦੇ ਵਿੱਚ ਪੈ ਗਏ ਹੋਏ ਨੇ ਮੈਨੂੰ ਸਭ ਖੁਸ਼ੀ ਹੋਈ ਸੀ ਮੈਂ ਸਿੱਟੇ ਉੱਥੇ ਵਿੱਚ ਵੀ ਬੇਕ ਦਾਸ ਨੇ ਬਾਬਾ ਹੋ ਜਾਂਦਾ ਚੱਲੋਗਾ ਜਿਹੜੇ ਮਸ਼ਲੇ ਮਤਲਬ ਤੁਹਾਨੂੰ ਵੀ ਮਸ਼ਹੂਰ ਹੁੰਦਾ ਸ਼ੌਕ ਹੈ ਸੀ ਪਹਿਚਾਨ ਹੈ ਲੋਕਾਂ ਨੂੰ ਤੇ ਤੁਹਾਨੂੰ ਖੁਸ਼ੀ ਹੁੰਦੀ ਜਦੋਂ ਲੋਕ ਤੁਹਾਨੂੰ ਇਸ ਤਰ੍ਹਾਂ ਵੇਖ ਕੇ ਕਹਿੰਦੇ ਨੇ ਮੈਨੂੰ ਤਾਂ ਖੁਸ਼ੀ ਹੁੰਦੀ ਸਗੋ ਬਾਬਾ ਬਾਹਰਲੇ ਮੁਲਕਾਂ ਚੋਂ ਮੁਸ਼ਕਿਲ ਹੋ ਗਏ। ਅੱਛਾ ਮਤਲਬ ਬਾਹਰ ਦੇ ਲੋਕ ਹੀ ਜਾਣਦੇ ਨੇ ਮਾਸ਼ਾਅੱਲਾ ਤੇ ਫਿਰ ਤੁਸੀਂ ਸੁਣਦੇ ਤੁਹਾਨੂੰ ਕਾਫੀ ਅੱਛਾ ਲੱਗਦਾ ਹੈ ਇਸ ਸਵਾਲੇ ਨਾਲ। ਅੱਛਾ ਬਾਬਾ ਦਾਦਾ ਜੀ ਤੁਸੀਂ ਦੱਸੋ ਕਿ ਤੁਸੀਂ ਜਦੋਂ ਮਤਲਬ ਇਹ ਬਣਾਣ ਲੱਗੇ ਤੁਹਾਡੇ ਰਿਸ਼ਤੇਦਾਰਾਂ ਚੋਂ ਹੋਰ ਪੁੱਤਰਾਂ ਚੋ ਧੀਆ ਜੋ ਕਿਸੇ ਨੇ ਤੁਹਾਨੂੰ ਕਿਹਾ ਕਿ ਤੁਸੀਂ ਅਬੂ ਜੀ ਐਕੀ ਕੰਮ ਕਰਨ ਲੱਗ ਪਏ ਹੋ ਕਿਉਂਕਿ ਲੋਕ ਇਸ ਚੀਜ਼ ਨੂੰ ਬਹੁਤ سارے ਲੋਕ ਜਿਹੜੇ ਨੇ ਬੜਾ ਬੁਰਾ ਵੀ ਸਮਝਦੇ ਨੇ ਨਾ। ਨਹੀਂ ਕੋਈ ਨਹੀਂ। ਭਾਈ ਸਾਰੇ ਮੇਨ ਚੰਗੇ ਸਮਝਦੇ ਮਰਦਾਨੇ ਸਮ। अच्छा मतलब किसी ने नहीं किया कि ਤੁਸੀਂ ਇਹ ਬੁਰਾ ਕੰਮ ਕਰ ਰਹੇ ਹੋ ਇਹਨਾਂ ਦੇ ਨਾਲ ਲਾ ਕੇ ਟਿਕਟੋਕ ਤੇ ਸ਼ੁਰੂ ਸ਼ੁਰੂ ਤੋਂ ਮਤਲਬ ਕਾਫੀ ਇੱਕ ਗੱਲ ਵੀ ਉੱਡੀ ਸੀ ਕਾਫੀ ਰਿਸ਼ਤੇਦਾਰਾਂ ਨੇ ਵੀ ਕਿਹਾ ਸੀ ਕਿ ਦਾਦੇ ਰਾਂਦੀ ਉਮਰ ਨमाज ਸਬਕ ਦੀ ਤੂੰ ਕਿਹੜੇ ਕੰਮ ਨੂੰ ਲਾਤਾ ਹੈ ਤੇ ਲੇਕਿਨ ਮਾਸ਼ੱਲਾ ਦਾਦਾ ਜੀ ਰਾਂ ਨੇ ਉਮਰਾ ਵੀ ਕੀਤਾ ਹੈ ਤੇ ਮਾਸ਼ੱਲਾ ਨਮਾਜ਼ਾਂ ਵੀ ਪੜ੍ਹਦੇ ਨੇ ਤੇ ਉਹ ਬਸ ਇੱਕ ਨਾ ਮਤਲਬ ਕਿ ਟਿਕਟੋਕ ਤੇ ਵੀਡੀਓਜ਼ ਲਗਾਈ ਸੀ ਲੋਕਾਂ ਨੇ ਬਹੁਤ ਅੱਛੇ ਕਮੈਂਟਸ ਕੀਤੇ ਸਾਨੂੰ ਬੜੇ ਰਾਜ਼ੀ ਹੋਏ ਸਨ ਕਿ ਕਈਆਂ ਨੂੰ ਇਹ ਮਤਲਬ ਕਈਆਂ ਕੋਲੇ ਰਿਸ਼ਤਾ ਨਹੀਂ ਰਿਹਾ ਤੇ ਉਹ ਵੇਂਦੇ ਸਨ ਉਹਨਾਂ ਨੂੰ ਖੁਸ਼ੀ ਹੁੰਦੀ ਸੀ ਤੇ ਇਸ ਵਜ੍ਹਾ ਤੇ ਮੈਂ ਕਮੈਂਟਸ ਪੜ੍ਹੇ ਫਿਰ ਉਹਨਾਂ ਦੇ ਪਿਆਰ ਦੀ ਵਜ੍ਹਾ ਤੇ ਮੈਂ ਫਿਰ ਵੀਡੀਓ ਬਣਾਉਣੀ ਸ਼ੁਰੂ ਕਰਤੀ ਪਹਿਲੇ ਪਹਿਲੇ ਕਿਹਾ ਸੀ ਸਾਰਿਆਂ ਨੇ ਮਤਲਬ ਕਿ ਕਾਫੀ ਆਪਣੇਆਂ ਨੇ ਵੀ ਕਿਹਾ ਸੀ ਲੇਕਿਨ ਹੁਣ ਉਹਨਾਂ ਨੂੰ ਪਤਾ ਹੈ ਕਿ ਇਨ੍ਹਾਂ ਦੀ ਮਾਸ਼ਾਅੱਲ ਲੋਕ ਬਹੁਤ ਜ਼ਿਆਦਾ ਬਹੁਤ ਇੱਜ਼ਤ ਕਰਦੇ ਨੇ ਤੇ ਲਹਾਜ਼ਾ ਅੱਛਾ ਕੰਮ ਕਰਦੇ ਨੇ ਬੁਰਾ ਨਹੀਂ ਕੋਈ ਮਤਲਬ ਤੁਹਾਡੇ ਰਿਸ਼ਤੇਦਾਰਾਂ ਚ ਕਿਸੇ ਨੇ ਵੀ ਨਹੀਂ ਐਡਾ ਇਸ਼ੂ ਇਸ ਚੀਜ਼ ਦਾ ਨਾ ਪਹਿਲੇ ਥੋੜਾ ਬਤਾ ਸੀ ਲੇਕਿਨ ਉਹ ਖਤਮ ਹੋ ਗਿਆ ਜਦੋਂ ਉਹਨਾਂ ਨੇ ਮੇਰੇ ਵੇਖਿਆ ਮੇਰੇ ਲਾਈਕ ਵੀوز ਕਮੈਂਟਸ ਵੇਖੇ ਉਹਨਾਂ ਨੇ ਕਿਹਾ ਅੱਛੇ ਮਾਸ਼ੱਲਾ ਉਹਨਾਂ ਨੂੰ ਅੱਗੋਂ ਉਹਨਾਂ ਜਿੱਥੇ ਜਿੱਥੇ ਵੀ ਰਿਸ਼ਤੇਦਾਰ ਨੇ ਉਹਨਾਂ ਨੂੰ ਅੱਗੋਂ ਲੋਕੀ ਫਰਮੈਸ਼ਾਂ ਪਾਉਂਦੇ ਨੇ ਕਿ ਸਾਡੇ ਨਾਲ ਵੀ ਮਿਲਵਾਓ ਸਾਡੇ ਨਾਲ ਮਿਲਵਾਓ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਬਾਕੀ ਅੱਛੇ ਲਫ਼ਜ਼ਾਂ ਨਾਲ ਲੋਕੀ ਯਾਦ ਕਰਦੇ ਨੇ ਤੇ ਸਾਡੇ ਮਤਲਬ ਕਿ ਆਪਣੇ ਜਿਹੜੇ ਯਾਸਰ ਜਿਹੜਾ ਮਤਲਬ ਸਹੀ ਕੰਮ ਕਰਦਾ ਪਿਆ ਦਾਦਾ ਜੀ ਹਰਾਂ ਦਾ ਅੱਛਾ ਯਾਸਰ ਭਾਈ ਇਸ ਤਰ੍ਹਾਂ ਆਇਆ ਹੋਵੇ ਕਿ ਕਈ ਮਤਲਬ ਫੈਨ ਜਾਂ ਤੁਹਾਨੂੰ ਦੂਆਂ ਨੂੰ ਮਿਲਣ ਆਏ ਹੋਣ ਤੇ ਕੋਈ ਇੰਝ ਦੇ ਵੀ ਫੈਨ ਆਏ ਨੇ ਖਾਲੀ ਦਾਦਾ ਜੀ ਉਹਨਾਂ ਨੂੰ ਮਿਲਣ ਦਾ ਸ਼ੌਕ ਰੱਖਦੇ ਹੋਣ ਕਾਫੀ ਵਾਰ ਐਨ ਦੀ ਦੁਕਾਨ ਤੇ ਯਕੀਨ ਮਨੋ ਐਂਜ ਹੋਇਆ ਕਿ ਲੇਡੀਜ਼ ਆਂਦੇ ਨੇ ਨਾ ਕਹਿੰਦੇ ਨੇ ਕਿ ਅਸੀਂ ਨਾ ਭਾਈ ਸਿੱਧੀ ਜਿਹੜੀ ਗੱਲ ਹੈ ਤੈਨੂੰ ਕੋਈ ਨਹੀਂ ਮਿਲਣਾ ਐ ਦਾਦਾ ਜੀ ਹਰਾਂ ਨੂੰ ਮਿਲਣਾ ਐ ਯਕੀਨ ਮਨੋ ਬੜੀ ਵਾਰ ਐਂਜ ਹੋਇਆ ਮੇਰੇ ਨਾਲ ਤੇ ਮੈਨਾਂ ਤੇ ਚਲੋ ਕੋਈ ਨਹੀਂ ਗੱਲ ਉਹਨਾਂ ਨੇ ਕਿ ਤਿੰਨ ਤੇ ਅਸੀਂ ਪਹਿਲੇ ਹੀ ਵੇਖਿਆ ਸੀ ਪਰ ਦਾਦਾ ਜੀ ਹਰਾਂ ਨੂੰ ਮਿਲ ਕੇ ਹੀ ਜਾਣਾ ਭਾਵੇਂ ਰਾਤ ਭਾਈ ਮਨਾਂ ਉਹ ਸ਼ੇਖਪੁਰੇ ਗਏ ਨੇ ਤੇ ਸਾਡਾ ਮਤਲਬ ਕਿ ਭਾਈ گاؤں ਸ਼ੇਖਪੁਰੇ ਹੀ ਨਾ ਉੱਥੇ ਹੀ ਅਸੀਂ ਆਏ ਹਾਂ ਨਿਸ਼ਰਾ ਵਿਰਕਾ ਤੇ ਇਸ وجہ ਤੋਂ ਫਿਰ ਉਹ ਕਹਿੰਦੇ ਨਹੀਂ ਦਾਦਾ ਜੀ ਹਰਾਂ ਨੂੰ ਮਿਲ ਕੇ ਜਾਣਾ ਬੜੀ ਜ਼ਿੱਦ ਕਰਦੇ ਨੇ ਤੇ ਮਾਸ਼ਾਅੱਲਾ ਦਾਦਾ ਜੀ ਹਰਾਂ ਨਾਲ ਲੋਕ ਮੇਰੇ ਨਾਲ ਜ਼ਿਆਦਾ ਦਾਦਾ ਜੀ ਹਰਾਂ ਨਾਲ ਪਿਆਰ ਕਰਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਯਾਸਰ ਭਾਈ ਅਸਲ 'ਚ ਤੁਸੀਂ ਮਾਸ਼ਾਅੱਲਾ ਦੇ ਨਾਲ ਦਿਖਾਇਆ ਆਇਆ ਵੀ ਇਸੇ ਤਰ੍ਹਾਂ ਦਾ ਪਿਆਰ ਹੈ ਆਪਣਾ ਲੋਕ ਵਾਕਈ ਦੇਖਦੇ ਨੇ ਕਿ ਇਹ ਚੀਜ਼ਾਂ ਹੋਣ ਨਹੀਂ ਰਹੀਆਂ ਹਨ ਬੜਿਆਂ ਬੜਾ ਆਪਣੇ ਆਨੂੰ ਮਤਲਬ ਕਿ ਤੁਹਾਨੂੰ ਸਮਝਦੇ ਨੇ ਆਪਣੇ ਵੱਡਿਆਂ ਦੇ ਨਾਲ ਕਿਸੇ ਦੇ ਸਾਹਮਣੇ ਆਣਾ ਬੁਲਾਣਾ ਜੀ ਕੀ ਕਹਿਣਗੇ ਹੈ ਇਸ ਤਰ੍ਹਾਂ ਦੇ ਪੁਰਾਣੇ ਜੀ ਬਾਬੇ ਨੇ ਤੇ ਇਸ ਤਰ੍ਹਾਂ ਦੀ ਇਸ ਚੀਜ਼ ਨੂੰ ਬੜਾ ਤਹਿੀਨ ਮਾਸ਼ਾਅੱਲਾ ਤੁਸੀਂ ਇੱਕ ਇਸ ਰਿਸ਼ਤੇ ਨੂੰ ਇੱਕ ਜ਼ਿੰਦਾ ਰੱਖਿਆ ਹੈ ਲੋਕਾਂ ਦੇ ਸਾਹਮਣੇ ਦਿਖਾਇਆ ਲੋਕਾਂ ਦੇ ਅੰਦਰ ਵੀ ਇਸ ਚੀਜ਼ ਦਾ ਸ਼ੌਕ ਆ ਰਿਹਾ ਹੈ ਕਿ ਉਹ ਆਪਣੇ ਮਤਲਬ ਵੱਡੇ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਲੈ ਕੇ ਉਹਨਾਂ ਨੂੰ ਸਾਹਮਣੇ ਉਹਨਾਂ ਦਾ ਪਿਆਰ ਸਾਹਮਣੇ ਆ ਕੇ ਦਿਖਾਣ। ਅੱਛਾ ਦਾਦਾ ਜੀ ਤੁਸੀਂ ਆਪਣੇ ਦੇਖਣ ਵਾਲਿਆਂ ਨੂੰ ਮਤਲਬ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਆਖੋਗੇ? ਬਾਰੇ ਕੀ ਆਖਾਂ? ਮਤਲਬ ਤੁਹਾਨੂੰ ਬੜਾ ਪਸੰਦ ਕਰਦੇ ਨੇ। ਤੁਹਾਨੂੰ ਲਾਈਕ ਕਰਦੇ ਨੇ। ਮੈਂ ਖੁਸ਼ ਹਾਂ ਕਿ ਜਾ ਕੇ ਮਿਲਣਾ ਉਹਨਾਂ ਨੂੰ। ਅੱਛਾ ਦਾਦਾ ਜੀ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਤੁਹਾਡੀ ਵੀਡੀਓ ਨੂੰ ਬਹੁਤ ਪਸੰਦ ਕਰਦੇ ਨੇ ਉਹਨਾਂ ਲੋਕਾਂ ਨੂੰ ਕੀ ਆਖਣਾ ਚਾਹੋਗੇ ਤੁਸੀਂ? ਉਹਨਾਂ ਕੇ ਸ਼ੁਕਰੀਆ ਅਦਾ ਕਰਨਾ। ਜੀ ਅੱਛਾ ਜੀ ਦਾਦਾ ਜੀ ਜਿਹੜੇ ਲੋਕ ਇਹਨਾਂ ਨੂੰ ਦੇਖਦੇ ਨੇ ਪਸੰਦ ਕਰਦੇ ਨੇ ਲਾਈਕ ਕਰਦੇ ਨੇ ਬਹੁਤ ਜ਼ਿਆਦਾ ਜੀ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਦਾ ਨਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਇਸ ਚੀਜ਼ ਦੇ ਕਿ ਸਾਨੂੰ ਸਪੋਰਟ ਕਰਦੇ ਨੇ ਤੇ ਅਸਲ 'ਚ ਇਹ ਦਾਦਾ ਜੀ ਹੁਣੇ ਜਿਹੜੇ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਦੀ ਬੜੀ ਧੀਮੀ ਆਵਾਜ਼ ਨਹੀਂ ਕਰੀਏ ਉਹਨਾਂ ਦਾ ਫਰਸਟ ਇੰਟਰਵਿਊ ਹੈ ਕਦੀ ਉਹਨਾਂ ਨੇ ਐ ਚੀਜ਼ਾਂ ਮਤਲਬ ਨਹੀਂ ਕੀਤੀਆਂ ਆਈਆਂ ਇਸ ਵਜ੍ਹਾ ਤੋਂ ਜਿਹੜਾ ਨਾ ਥੋੜੇ ਮਤਲਬ ਕੈਮਰੇ ਦੇ ਸਾਹਮਣੇ ਥੋੜਾ ਕਨਫਿਊਜ਼ ਨਜ਼ਰ ਆ ਰਹੇ ਨੇ ਤੁਹਾਨੂੰ ਤੇ ਬਾਕੀ ਹੁਣ ਅਸੀਂ ਥੋੜਾ ਜਿਆ ਐਸਰ ਭਾਈ ਦੇ ਕੋਲੋਂ ਪੁੱਛਨੇ ਆ ਜੀ ਜ अच्छा यसर भाई ਤੁਸੀਂ ਹੋਰ ਦਾਦਾ ਜੀ ਉਹਨਾਂ ਦੇ ਬਾਰੇ ਚ ਦੱਸੋ ਮਤਲਬ ਕਿਸ ਤਰ੍ਹਾਂ ਆਪਣੀ ਫਰੈਂਡਸ਼ਿਪ ਦੇ حوالے ਨਾਲ ਇਹਨਾਂ ਦੇ ਵਾਲੇ ਨਾਲ ਕੁਝ ਦੱਸੋ ਦਾਦਾ ਜੀ ਯਾਰਾ ਨਾ ਮਤਲਬ ਕਿ ਸਾਡਾ ਪਿਆਰ ਆਿੰਦਾ ਹੈ ਕਿ ਤੁਸੀਂ ਵੀਡੀਓਜ਼ ਦੇ ਵਿੱਚ ਵੀ ਅਕਸਰ ਦੇਖਦੇ ਹੋ ਤੇ ਉਂਝ ਵੀ ਅੱਜ ਤੁਸੀਂ ਲਾਈਵ ਵੀ ਦੇਖ ਲਿਆ ਤੇ ਮਤਲਬ ਇਹ ਵੇ ਕਿ ਦਾਦਾ ਪੋਤਾ ਤੇ ਹੈ ਹੀ ਹੈ ਲੇਕਿਨ ਯਾਰਾਨਾ ਸਾਡਾ ਜਿਹੜਾ ਨਾ ਉਸ ਤੋਂ ਵੀ ਅੱਗੇ ਆ ਜਾਂਦਾ ਸੱਚ ਮਤਲਬ ਜਿਹੜੀਆਂ ਤੁਸੀਂ ਵੀਡੀਓ ਇਹਨਾਂ ਦੇ ਨਾਲ ਸ਼ੂਟ ਕਰਦੇ ਹੋ ਸਾਰੀਆਂ ਉਹ ਤਾਂ ਖੁੱਤੇ ਬੜੇ ਮਸੂਮ ਜਿਹੇ ਨਜ਼ਰ ਸਾਨੂੰ ਆ ਰਹੇ ਨੇ ਲੱਗਦਾ ਨਹੀਂ ਕਿ ਸਿੱਧੇ ਜਿਹੇ ਨੇ ਮਤਲਬ ਲੱਗਦਾ ਨਹੀਂ ਕਿ ਉਹ ਸਾਰਾ ਕੁਝ ਤੁਹਾਨੂੰ ਆਪ ਦੱਸਣਗੇ ਜਾਂ ਕਰਨਗੇ ਮਤਲਬ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਹਿੰਦੇ ਹੋਵੇਂ ਤੁਹਾਡੇ ਨਾਲ ਵੀਡੀਓ ਸ਼ੂਟ ਕਰਦੇ ਨੇ ਹਾਂਜੀ ਬਿਲਕੁਲ ਅਸੀਂ ਉਹਨਾਂ ਨੂੰ ਮੈਂ ਕਹਿ ਦਿੰਨਾ ਫਿਰ ਉਸ ਤਰ੍ਹਾਂ ਮਤਲਬ ਕਰ ਲੈਂਦੇ ਨੇ ਲੇਕਿਨ ਹੋਣ ਹੀ ਆਣ ਕੇ ਜਰਾ ਏਡੇ ਕਨਫਿਊਜ਼ ਹੋ ਗਏ ਨਹੀਂ ਤੇ ਇਹ ਤੇ ਕੂਕ ਮਾਰਦੇ ਹੁੰਦੇ ਸਾਨੂੰ ਪਰਲੇ ਪਿੰਡੋਂ ਪਤਾ ਲੱਗ ਜਾਂਦਾ ਸੀ ਕਿ ਦਾਦੇ ਨੇ ਕੂਕ ਮਾਰੀ ਕਿ ਰੋਲਾ ਦੇ ਨਸੇ ਜਾਣਾ ਕਰਨਾ ਮਗਰ ਤੇ ਹੁਣ ਜਰਾ ਉਮਰ ਦੇ ਹਿਸਾਬ ਨਾਲ ਨਾ ਮਤਲਬ ਉਹ ਸਾਰੀ ਜੀ ਗੱਲ ਹੈ ਇਹ ਹਿਸਾਬ ਵੀ ਹੁੰਦਾ ਜੀ ਸਰ ਭਾਈ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਕਿ ਕਦੀ ਬੰਦਾ ਇਹ ਤੇ ਅਰੋਜ ਤੇ ਜ਼ਵਾਲ ਆਂਦਾ ਜਾਂਦਾ ਹੀ ਰਹਿੰਦਾ ਇਹ ਚੀਜ਼ਾਂ ਕੋਈ ਨਹੀਂ ਆਖੀ ਜਾਂਦੀਆਂ ਅੱਛਾ ਜੀ ਸਰ ਭਾਈ ਤੁਸੀਂ ਮਤਲਬ ਦਾਦਾ ਜੀ ਹੁਣਾਂ ਨਾਲ ਟਿਕਟੋਕ ਬਣਾਉਂਦੇ ਹੁਣ ਦਾਦਾ ਜੀ ਹੁਣ ਵੀ ਬੈਠੇ ਹੋਏ ਕਿਆ ਇਹਨਾਂ ਦੇ ਦਾਦਾ ਜੀ ਮਤਲਬ ਤੁਹਾਡੇ ਜਿਹੜੇ ਬੇਟੇ ਨੇ ਇਹਨਾਂ ਦੇ ਵਾਲਿਦ ਸਾਹਿਬ ਨੇ ਉਹਨਾਂ ਨੇ ਕਦੀ ਤੁਹਾਨੂੰ ਕਿਹਾ ਕਿ ਅੱਬੂ ਤੁਸੀਂ ਇਹ ਕੀ ਕੰਮ ਕਰ ਰਹੇ ਹੋ ਇਹਦੇ ਨਾਲ ਮੈਂ ਨੇ ਕਦੀ ਵੀ ਕਿਹਾ ਕਦੀ ਨਹੀਂ ਇਸ ਤਰ੍ਹਾਂ ਦੀ ਗੱਲ ਹੋਈ ਕਿ ਉਹਨੇ ਕਿਹਾ ਕਿ ਅੱਬੂ ਤੁਸੀਂ ਇਹਨਾਂ ਨੂੰ ਬਾਸ ਕਰੋ ਕਿਹੜੇ ਕਮਲ ਤੁਸੀਂ ਇਹਨੂੰ ਲਗਾਤਾ ਹੋਇਆ ਉਹ ਕਦੀ ਆਖ ਵੀ ਦਿੰਦੇ ਫਿਰ ਇਹਨੂੰ ਭੇੜੇ ਪਾਸੇ ਲਾਤਾ ਉਹ ਮੈਂ ਨਾ ਬੇ ਉਹਦਾ ਦੇ ਦਿੱਤੀ ਅੱਛਾ ਮਤਲਬ ਤੁਸੀਂ ਕਹਿੰਦੇ ਹੋ ਕਿ ਬਸ ਠੀਕ ਜੋ ਵੀ ਕਰ ਰਿਹਾ ਆਪਣੇ ਸਹੀ ਕਰ ਰਿਹਾ ਅੱਛਾ ਨਾਜ਼ਰੀਨ ਮਾਸ਼ਾਅੱਲਾ ਦੇ ਨਾਲ ਤੁਸੀਂ ਦੇਖਿਆ ਕਿ ਉਹਨਾਂ ਦੇ ਦਾਦਾਪੂ ਜਿਹੜੇ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਯਾਸਰ ਭਾਈ ਦੇ ਬਕੋਲ ਵੀ ਅਸੀਂ ਆਹੀ ਚੀਜ਼ ਸੁਣੀ ਹੈ ਕਿ ਉਹ ਕਹਿੰਦੇ ਨੇ ਕਿ ਮੇਰੇ ਦਾਦਾ ਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸਾਡਾ ਰਿਸ਼ਤਾ ਇੱਕ ਦੋਸਤੀ ਵਾਲਾ ਰਿਸ਼ਤਾ ਹੈ ਇੱਕ ਬਹੁਤ ਜ਼ਿਆਦਾ ਪਿਆਰ ਹੈ ਸਾਡਾ ਬੜਾ ਜ਼ਿਆਦਾ ਲਗਾਓ ਹੈ ਆਪਸ ਵਿੱਚ ਜੀ ਅੱਲਾਹ ਪਾਕ ਇਹਨਾਂ ਨੂੰ ਇਹਨਾਂ ਦਾ ਪਿਆਰ ਇਸੇ ਤਰ੍ਹਾਂ ਬਰਕਰਾਰ ਰੱਖਿਆ ਨਾ ਦੋਸਤੀ ਇਹਨਾਂ ਦਾ ਦਾਦਾ ਪੋਤਾ ਵਾਲਾ ਰਿਸ਼ਤਾ ਤੇ ਮੈਂ ਕਹਿੰਨੀ ਆ ਹੋਰ ਲੋਕ ਵੀ ਇਸ ਚੀਜ਼ ਨੂੰ ਦੇਖਣ ਇਸ ਤੋਂ ਸਬਕ ਸਿੱਖਣ ਕਿ ਮਾਸ਼ਾਅੱਲਾ ਕਿਹਦਾ ਪਿਆਰਾ ਉਹਨਾਂ ਨੇ ਆਪਣ ਆ ਲੋਕਾਂ ਦੇ ਸਾਹਮਣੇ ਲੈ ਕੇ ਆਏ ਲੋਕਾਂ ਨੂੰ ਦਿਖਾਇਆ ਕਿ ਇਸ ਤੋਂ ਇੱਕ ਸਬਕ ਮਿਲ ਰਿਹਾ ਹੈ ਕਿ ਤੁਸੀਂ ਵੀ ਆਪਣੇ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਹੀ ਆਪਣਾ ਪਿਆਰ ਰੱਖੋ ਇਸੇ ਤਰ੍ਹਾਂ ਉਹਨਾਂ ਦੇ ਨਾਲ ਵੀ ਪਿਆਰ ਕਰੋ ਅੱਛਾ ਨਾਜ਼ਰੀਨ ਨੈਕਸਟ ਵੀਡੀਓ ਚ ਫੇਰ ਅਸੀਂ ਕਿਸੀ ਅੱਛੀ ਜੀ ਵੀਡੀਓ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਉਹਦੇ ਤੱਕ ਸਾਨੂੰ ਦੇਵ ਜੀ ਇਜਾਜ਼ਤ ਤੇ ਰੱਬ ਰਾਖਾ